ਹਾਂਜੀ ਸਟੂਡੈਂਟ ਸਵਾਗਤ ਹੈ ਤੁਹਾਡਾ ਆਮ ਆਦਮੀ ਬ੍ਰੇਨ YouTube ਚੈਨਲ ਤੇ ਜਿਵੇਂ ਕਿ ਸਟੂਡੈਂਟਸ ਨੂੰ ਪਤਾ ਹੀ ਹੈ ਕਿ ਇਸ ਚੈਨਲ ਦੇ ਉੱਪਰ 1664 ETT ਅਧਿਆਪਕ ਅਤੇ ਮਾਸਟਰ ਕੇਡਰ ਦੀ ਤਿਆਰੀ ਸੰਬੰਧੀ ਵੀਡੀਓਜ਼ ਫ੍ਰੀ ਦੇ ਵਿੱਚ ਅਪਲੋਡ ਕੀਤੀਆਂ ਜਾਂਦੀਆਂ ਨੇ ਤਾਂ ਸਟੂਡੈਂਟ ਉਸੇ ਸੀਰੀਜ਼ ਦੇ ਤਹਿਤ ਅੱਜ ਸੀ ਲੈ ਕੇ ਆਏ ਹਾਂ 1664 ETT ਅਧਿਆਪਕਾਂ ਦੇ ਲਈ ਸਾਇੰਸ ਦਾ ਇੱਕ ਬਹੁਤ ਹੀ ਮਹੱਤਵਪੂਰਨ ਵੀਡੀਓ ਜਿਸ ਟੌਪਿਕ ਦਾ ਨਾਮ ਹੈ ਸਾਊਂਡ ਤਾਂ ਸਟੂਡੈਂਟ ਇਸ ਸਾਊਂਡ ਚੈਪਟਰ ਦੇ ਵਿੱਚ ਅਸੀਂ ਸਟੂਡੈਂਟ ਟੋਟਲ ਜੋ ਹੈ ਉਹ 20 ਐਮਸੀਕਿਊ ਕਰਾਂਗੇ ਤੇ ਸਟੂਡੈਂਟ ਤੁਸੀਂ ਇਹਨਾਂ ਐਮਸੀਕਿਊਜ਼ ਦੀ ਡਿਟੇਲਸ ਨੂੰ ਧਿਆਨ ਨਾਲ ਸੁੰਨਾ ਹੈ ਤਾਂ ਜੋ ਤੁਹਾਡੇ ਬਾਕੀ ਦੇ ਜੋ ਕਨਸੈਪਟ ਨੇ ਬਾਕੀ ਦੇ ਜੋ ਟੌਪਿਕ ਨੇ ਉਹ ਵੀ ਕਲੀਅਰ ਹੋ ਸਕਣ ਤਾਂ ਸਟੂਡੈਂਟ ਆਓ ਕਰਦੇ ਹਾਂ ਸ਼ੁਰੂ ਪਹਿਲਾ ਕੁਐਸਚਨ ਸਟੂਡੈਂਟ ਸਾਡਾ ਪਹਿਲਾ ਕੁਐਸਚਨ ਹੈ ਧੁਨੀ ਕਿਵੇਂ ਪੈਦਾ ਹੁੰਦੀ ਹੈ ਤਾਂ ਸਟੂਡੈਂਟ ਇਸ ਦਾ ਆਨਸਰ ਆਏਗਾ ਕਿ ਧੁਨੀ ਹੈ ਜਿਹੜੀ ਉਹ ਕੰਪਣ ਦੇ ਰਾਹੀਂ ਪੈਦਾ ਹੁੰਦੀ ਹੈ ਸਟੂਡੈਂਟ ਕੰਪਨ ਦਾ ਮਤਲਬ ਹੈ ਵਾਈਬ੍ਰੇਸ਼ਨ ਤਾਂ ਸਟੂਡੈਂਟ ਜਦੋਂ ਵੀ ਪਾਰਟੀਕਲ ਨੇ ਜਿਹੜੇ ਹਵਾ ਦੇ ਉਹ ਵਾਈਬ੍ਰੇਟ ਕਰਦੇ ਨੇਗੇ ਤਾਂ ਧੁਨੀ ਪੈਦਾ ਹੋਵੇਗੀ ਸਟੂਡੈਂਟ ਤੁਸੀਂ ਦੇਖਿਆ ਹੋਵੇਗਾ ਕਿ ਜੋ ਡਰਮ ਸੈਟ ਹੈ ਤਾਂ ਡਰਮ ਸੈਟ ਦੇ ਉੱਪਰ ਜਦੋਂ ਹਿੱਟ ਕੀਤਾ ਜਾਂਦਾ ਹੈ ਤਾਂ ਜਿਹੜਾ ਡਰਮ ਸੈਟ ਦਾ ਤਲ ਹੈ ਉਹ ਜਾਂ ਤੁਸੀਂ ਉਸ ਨੂੰ ਪਰਦਾ ਕਹਿ ਸਕਦੇ ਹੋ ਕਿ ਉਸ ਪਰਦੇ ਦੇ ਵਿੱਚ ਵਾਈਬ੍ਰੇਸ਼ਨਸ ਪੈਦਾ ਹੁੰਦੀਆਂ ਨੇ स्टूडेंट जो बोलते हो तो अपने गले दे भी, मैंसुस मैंसुस ताकर के उथ लगा के बोलो अपने चलते हैं नैक्सट क्वेश्चन संचार समय की गति करती है स्टूडेंट जो धुनी एक जगह तो दूजी जगह से जाती है तब ਕਿਹੜੀ ਵਸਤੂ ਹੈ ਜਿਹੜੀ ਉਹ ਸੰਚਾਰ ਕਰਦੀ ਹੈ ਸਟੂਡੈਂਟ ਇਸ ਦਾ ਆਨਸਰ ਆਏਗਾ ਊਰਜਾ ਕਿਉਂਕਿ ਸਟੂਡੈਂਟ ਸਾਨੂੰ ਪਤਾ ਹੈ ਕਿ ਜੋ ਧੁਨੀ ਹੈ ਉਹ ਇੱਕ ਤਰ੍ਹਾਂ ਦੀ ਊਰਜਾ ਹੀ ਹੁੰਦੀ ਹੈ ਤਾਂ ਸਟੂਡੈਂਟ ਜਦੋਂ ਕੋਈ ਵਿਅਕਤੀ ਬੋਲਦਾ ਹੈ ਤਾਂ ਉਹ ਸਾਊਂਡ એનર્ਜੀ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਟਰਾਂਸਫਰ ਕਰਦਾ ਹੈ ਸੋ ਤਾਂ ਅਗਰ ਕਹਾਂਸਰ ਸਟੂਡੈਂਟ ਇਸ ਦਾ ਬਣੇਗਾ ਆਪਸ਼ਨ ਸੀ ਧੁਨੀ ਸੰਚਾਰ ਸਮੇਂ ਊਰਜਾ ਗਤੀ ਕਰਦੀ ਹੈ

ਇਸ ਪਿਕਚਰ ਹੋਰ ਵੀ ਬਹੁਤ ਜ਼ਿਆਦਾ ਕਲੀਅਰ ਹੋ ਜਾਵੇਗਾ। ਇਹ ਹੀ ਜੋ ਸਟੂਡੈਂਟ ਤੁਸੀਂ ਪਿਕਚਰ ਦੇਖ ਰਹੇ ਹੋ ਇਹ 오ਸਿਲੋਸਕੋਪ ਦੀ ਹੈ। ਸਟੂਡੈਂਟ ਇਸ ਪਿਕਚਰ ਦੇ ਵਿੱਚ ਸਕਰੀਨ ਦੇ ਉੱਪਰ ਜੋ ਤੁਸੀਂ ਇਹ ਲਾਈਨਸ ਰੇਜ਼ ਦੇਖ ਰਹੇ ਹੋ ਸਟੂਡੈਂਟ ਇਸ ਦੇ ਨਾਲ ਧੁਨੀ ਦੇ ਉਤਾਹ ਚੜਾਣ ਨੂੰ ਵੇਖਿਆ ਜਾ ਸਕਦਾ ਹੈ। ਇਸ ਦੇ ਨਾਲ ਧੁਨੀ ਦੇ ਐਂਪਲੀਟਿਊਡ ਨੂੰ ਜਾਂ ਅਵਰਤੀ ਨੂੰ ਫ੍ਰੀਕੁਐਂਸੀ ਨੂੰ ਵੇਖਿਆ ਜਾ ਸਕਦਾ ਹੈ। so student jo is the answer banega ki tu nitrangan nu vekhya ja sakda hai ta answer aayega option c oscilloscope telescope de rahi durdiyan vastun vekhya jandiyan ne student te microscope de naal bahut hi chote sukum jeevan nu vekhya janda hai stethoscope de naal dil di dhadkan nu suneya janda hai te student answer aayega option c chalde student next question de upar ਅਲਟਰਾਸਾਉਂਡ ਦੀ ਤਰੰਗਾਂ ਦਾ ਉਪਯੋਗ ਕੀਤਾ ਜਾਂਦਾ ਹੈ ਸਟੂਡੈਂਟ ਅਲਟਰਾਸਾਉਂਿਕ ਤਰੰਗਾਂ ਦਾ ਉਪਯੋਗ ਹੈ ਜਿਹੜਾ ਉਹ ਸਮੁੰਦਰਾਂ ਦੀ ਡੂੰਘਾਈ ਮਾਪਣ ਵਾਸਤੇ ਕੀਤਾ ਜਾਂਦਾ ਹੈ ਸਟੂਡੈਂਟ ਇਸ ਪਿਕਚਰ ਨੂੰ ਧਿਆਨ ਦੇ ਨਾਲ ਵੇਖੋ ਦੇਖੋ ਸਟੂਡੈਂਟ ਇਸ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸਮੁੰਦਰ ਦੇ ਵਿੱਚ ਇੱਕ ਜਹਾਜ਼ ਹੈ ਤੇ ਇਹ ਜੋ ਸ਼ਿਪ ਹੈ ਸਟੂਡੈਂਟ ਇਸ ਸ਼ਿਪ ਦੇ ਉੱਪਰ ਇੱਕ ਸੋਨਾਰ ਲੱਗਿਆ ਹੋਇਆ ਹੈ ਸਟੂਡੈਂਟ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਸੋਨਾਰ ਕੀ ਹੁੰਦਾ ਹੈ S O N A R ई आर सोनार स्टूडेंट सोनार दी फुल फॉर्म साउंड नेविगेशन एंड रेंजिंग है, है? है तो स्टूडेंट सोनार की काम करता है सोनार अल्ट्रा साउंड्स नु समुंदर दे बीच भेजदा है स्टूडेंट ते ओ अल्ट्रा साउंड है जेडी ओ समुंदर दी सतह दे नाल टकरा के वापस आंदी है तो स्टूडेंट इस अल्ट्रा साउंड नु ਕਿੰਨਾ ਸਮਾਂ ਆਉਣ ਤੇ ਜਾਣ ਤੇ ਲੱਗਿਆ ਤੇ ਅਲਟਰਾ ਸਾਊਂਡ ਦੀ ਸਪੀਡ ਇਹਨਾਂ ਦੋਨਾਂ ਦੀ ਕੈਲਕੂਲੇਸ਼ਨ ਕਰਕੇ ਅਸੀਂ ਸਮੁੰਦਰ ਦੀ ਡੂੰਘਾਈ ਨੂੰ ਮਾਪ ਸਕਦੇ ਹਾਂ ਪਲੀਜ਼ ਸਟੂਡੈਂਟ ਸੋ ਸਟੂਡੈਂਟ ਜੋ ਇਸ ਦਾ ਅਨਸਰ ਆਏਗਾ ਉਹ ਆਏਗਾ অপਸ਼ਨ ਬੀ ਸਮੁੰਦਰ ਦੀ ਡੂੰਘਾਈ ਨੂੰ ਮਾਪਣ ਦੇ ਲਈ ਚਲਦੇ ਹਾਂ ਹਾਂਜੀ ਸਟੂਡੈਂਟ ਚਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ ਹਾਥੀ ਕਿੰਨੀ ਅਵਰਤੀ ਦੀਆਂ ਤਰੰਗਾਂ ਨੂੰ ਸੁਣ ਸਕਦਾ ਹੈ ਤਾਂ ਸਟੂਡੈਂਟ ਇਸ ਕੁਐਸਚਨ ਨੂੰ ਕਰਨ ਤੋਂ ਪਹਿਲਾਂ ਤੁਸੀਂ ਇਸ ਪਿਕ ਨੂੰ ਧਿਆਨ ਦੇ ਨਾਲ ਵੇਖੋ ਤਾਂ ਸਟੂਡੈਂਟ ਇਸ ਦੇ ਵਿੱਚ ਦਿੱਤਾ ਗਿਆ ਹੈ ਕਿ ਅਸੀਂ ਧੁਨੀ ਨੂੰ ਤਿੰਨ ਭਾਗਾਂ ਦੇ ਵਿੱਚ ਡਿਵਾਈਡ ਕਰਦੇ ਹਾਂ ਤਾਂ ਸਟੂਡੈਂਟ ਪਹਿਲੀ ਹੈ ਇਨਫਰਾਸਾਉਂਡ ਦੂਜੀ ਹੈ ਸਟੂਡੈਂਟ ਆਡੀਏਬਲ ਜਿਹੜੀ ਕਿ 20 ਹਰਟਜ਼ ਤੋਂ 20000 ਹਰਟਜ਼ ਦੇ ਵਿੱਚ ਹੁੰਦੀ ਹੈ ਤੇ ਤੀਜੀ ਹੈ ਸਟੂਡੈਂਟ ਅਲਟਰਾ ਸਾਉਂਡ ਤਾਂ ਸਟੂਡੈਂਟ ਜੇਕਰ ਕੋਸ਼ਚਨ ਆਵੇ ਕਿ ਮਨੁੱਖ ਦੀ ਸੁਣਨ ਯੋਗ ਅਵਰਤੀ ਕਿੰਨੀ ਹੈ ਕਿ ਮਨੁੱਖ ਕਿੰਨੀ ਅਵਰਤੀ ਦੀਆਂ ਧੁਨੀਆਂ ਨੂੰ ਸੁਣ ਸਕਦਾ ਹੈ ਤਾਂ ਸਟੂਡੈਂਟ ਤੁਹਾਡਾ ਬਣੇਗਾ ਅਨਸਰ 20 ਹਰਟਜ਼ ਤੋਂ 20000 ਹਰਟਜ਼ ਦੇ ਵਿੱਚ ਪਰ ਸਟੂਡੈਂਟ ਇਹ ਯਾਦ ਰੱਖਿਓ ਕਿ 20 ਹਰਟਸ ਤੋਂ ਘੱਟ ਵਾਲੀਆਂ ਧੁਨੀਆਂ ਨੂੰ ਅਸੀਂ ਇਨਫਰਾਸਾਉਂਡ ਕਹਿੰਦੇ ਹਾਂ ਤੇ 20000 ਹਰਟਸ ਤੋਂ ਵੱਧ ਵਾਲੀਆਂ ਧੁਨੀਆਂ ਨੂੰ ਅਸੀਂ ਅਲਟਰਾਸਾਉਂਡ ਕਹਿੰਦੇ ਹਾਂ ਤਾਂ ਸਟੂਡੈਂਟ ਸਾਡੇ ਤੋਂ ਪੁੱਛਿਆ ਗਿਆ ਹੈ ਕਿ ਹਾਥੀ ਕਿਸ ਅਵਰਤੀ ਦੀਆਂ ਧੁਨੀਆਂ ਨੂੰ ਸੁਣ ਸਕਦਾ ਹੈ ਤਾਂ ਪਿਕ ਦੇ ਵਿੱਚ ਸਟੂਡੈਂਟ ਤੁਸੀਂ ਦੇਖ ਸਕਦੇ ਹੋ ਕਿ ਜੋ ਹਾਥੀ ਹੈ ਉਹ 20 ਹਰਟਸ ਤੋਂ ਘੱਟ ਵਾਲੀਆਂ ਧੁਨੀਆਂ ਨੂੰ ਸੁਣ ਸਕਦਾ ਹੈ ਤਾਂ ਸਟੂਡੈਂਟ ਚੱਲਦੇ ਹਾਂ ਕੁਐਸਚਨ ਦੇ ਉੱਪਰ ਤਾਂ ਕੁਐਸਚਨ ਹੈ ਹਾਤੀ ਕਿੰਨੀ ਅਵਰਤੀ ਦੀ ਤਰੰਗਾਂ ਨੂੰ ਸੁਣ ਸਕਦਾ ਹੈ ਤਾਂ ਸਟੂਡੈਂਟ অপਸ਼ਨ A ਸਾਡਾ ਅਨਸਰ ਬਣੇਗਾ ਤਾਂ ਸਟੂਡੈਂਟ B ਹਰਟਜ਼ ਤੋਂ 20000 ਹਰਟਜ਼ ਵਿੱਚ ਜੋ ਅਵਰਤੀ ਹੈ ਇਹ ਮਨੁੱਖ ਦੇ ਸੁਣਨਯੋਗ ਅਵਰਤੀ ਹੈ ਤੇ ਸਟੂਡੈਂਟ ਜੋ B ਹਰਟਜ਼ ਤੋਂ ਵੱਧ ਹੈ ਇਸ ਨੂੰ ਅਸੀਂ ਅਲਟਰਾ ਸਾਊਂਡ ਕਹਿੰਦੇ ਹਾਂ ਜਿਸ ਨੂੰ ਚਮਗਿੱਦੜ ਸੁਣ ਸਕਦੇ ਨੇ ਤਾਂ ਕਲੀਅਰ ਸਟੂਡੈਂਟ ਸਾਡਾ ਜੋ ਅਨਸਰ ਬਣੇਗਾ ਉਹ ਬਣੇਗਾ 16 ਹਰਟਜ਼ ਤੋਂ 14 ਹਰਟਜ਼ ਤੋਂ 16 ਹਰਟਜ਼ 삭ਦੀ ਧੁਨੀ ਚਲਦੇ ਹਾਂ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ ਧੁਨੀ ਦੀ ਐਸ ਆਈ ਇਕਾਈ ਕੀ ਹੈ ਸਟੂਡੈਂਟ ਧੁਨੀ ਦੀ ਵੱਡੀ ਇਕਾਈ ਜਿਸ ਨੂੰ ਸਟੈਂਡਰਡ ਜੁੰਟ ਕਹਿੰਦੇ ਆ ਉਹ ਕੀ ਹੈ ਸਟੂਡੈਂਟ ਦੇਖੋ ਤੁਸੀਂ ਬੈਲ ਤੇ ਡੈਸੀਬਲ ਜ਼ਰੂਰ ਸੁਨੇ ਹੋਣਗੇ ਧੁਨੀ ਦੀ ਇਕਾਈ ਪਰ ਸਟੂਡੈਂਟ ਇੱਥੇ ਜੋ ਯਾਦ ਰੱਖਣਾ ਹੈ ਉਹ ਇਹ ਹੈ ਕਿ ਜੋ ਧੁਨੀ ਦੀ ਇਕਾਈ ਹੈ ਉਹ ਸਟੂਡੈਂਟ ਫੋਨ ਦੀ ਹੁੰਦੀ ਹੈ ਕਲੀਅਰ ਸਟੂਡੈਂਟ ਤੇ ਇਹ ਨਾਲ ਹੀ ਸਟੂਡੈਂਟ ਇੱਕ ਹੋਰ ਜੋ ਧੁਨੀ ਦੀ ਇਕਾਈ ਹੈ ਉਸ ਨੂੰ ਅਸੀਂ ਸਾਊਂਡਸ ਬੋਲਦੇ ਆਂ ਇਸ ਨੂੰ ਵੀ ਯਾਦ ਰੱਖੋਗੇ ਸਟੂਡੈਂਟ ਇਸ ਦੀ ਬੈਟਰ ਅੰਡਰਸਟੈਂਡਿੰਗ ਦੇ ਲਈ ਇਸ ਪਿਕਚਰ ਨੂੰ ਤੁਸੀਂ ਧਿਆਨ ਨਾਲ ਦੇਖੋ ਜਿਸ ਦੇ ਵਿੱਚ ਦਿੱਤਾ ਹੋਇਆ ਹੈ ਫੋਨ ਪੀ ਐਚ ਓ ਐਨ ਇਹ ਯੂਨਟ ਯੂਜ਼ ਟੂ ਡਿਸਕ੍ਰਾਈਬ ਦਾ ਲਾਉਡਨੈਸ ਲੈਵਲ ਆਫ ਅ 기ਵਨ ਸਾਊਂਡ অর ਨੋਇਸ ਸਟੂਡੈਂਟ ਇਹ ਉਹ ਯੂਨਟ ਨੇ ਜਿਹੜੀ ਕਿਸੇ ਲਾਉਡਨੈਸ ਜਾਂ ਸਾਊਂਡ ਨੂੰ ਨੋਇਸ ਨੂੰ ਦੇ ਲੈਵਲ ਨੂੰ ਮੈਜ਼ਰ ਕਰਦੇ ਨੇ ਡਿਸਕ੍ਰਾਈਬ ਕਰਦੇ ਨੇ ਸਟੂਡੈਂਟ ਸੋ ਇਸ ਕੁਐਸਚਨ ਦਾ ਜੋ ਸਾਡਾ ਆਨਸਰ ਬਣੇਗਾ ਉਹ ਬਣੇਗਾ ਸਟੂਡੈਂਟ ऑल ऑफ दीज क्लीयर स्टूडेंट चलते स्टूडेंट नैक्सट क्वेश्चन के उपर फुल सोनार स्टूडेंट इस आंसर आप पहले क्वेश्चन कर चुके हैं सोनार की स्टूडेंट वह आएगी ऑप्शन बी साउंड नेविगे एंड रेंजिंग आंसर बी क्लीयर स्टूडेंट चलते हैं स्टूडेंट नैक्सट क्वेश्चन के उपर धुनी गति सब तो वही है स्टूडेंट इस पिकू दे जरूर देखो स्टूडेंट इस पिक है कि जो साउंड साउंडी है थ्रू डिफरेंट मटी स्टूडेंट इध इस साइड मटीरियल दिते गए ने तो स्टूडेंट इस साइड से स्पीड दिखती हुई है स्टूडेंट याद रखोंगे जो स्पीड दी गई है यह ट्वेंटी डिग्री सैलसीयस टैंपरेचर के दे उपर दी गई है ਦ ਸਟੂਡੈਂਟ 에ਅਰ ਦੇ ਉੱਪਰ ਜੇ ਤੁਸੀਂ ਸਪੀਡ ਦੇਖ ਰਹੇ ਹੋ ਤਾਂ ਉਹ ਹੈ 343 ਮੀਟਰ ਪਰ ਸੈਕਿੰਡ ਜੇਕਰ ਤੁਸੀਂ ਵਾਟਰ ਦੇ ਉੱਪਰ ਦੇਖ ਰਹੇ ਹੋ ਤਾਂ ਸਟੂਡੈਂਟ ਇਹ ਹੈ 1483 ਤੇ ਜੇਕਰ ਤੁਸੀਂ ਸਟੀਲ ਤੇ ਦੇਖ ਰਹੇ ਹੋ ਤਾਂ 5940 ਤੇ ਗਲਾਸ ਦੇ 5640 ਤਾਂ ਸਟੂਡੈਂਟ ਇਸ ਪਿਕ ਤੋਂ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਜਿਹੜੀ ਸਾਊਂਡ ਦੀ ਸਪੀਡ ਹੈ ਉਹ ਹਵਾ ਦੇ ਵਿੱਚ ਘੱਟ ਹੋਏਗੀ ਪਾਣੀ ਦੇ ਵਿੱਚ ਜ਼ਿਆਦਾ ਹੋਵੇਗੀ ਜਨ ਕਿ ਤਰਲ ਦੇ ਵਿੱਚ ਜ਼ਿਆਦਾ ਹੋਵੇਗੀ ਜੋ ਠੋਸ ਨੇ ਜਿਸ ਤਨਾ ਸਟੀਲ ਜਾਂ ਗਲਾਸ ਕੱਚ ਇਹਨਾਂ ਵਿੱਚ ਜੋ ਸਪੀਡ ਹੈ ਚਾਲੇ ਉਹ ਬਹੁਤ ਜ਼ਿਆਦਾ ਹੈ ਤਾਂ ਕਰਕੇ ਸਟੂਡੈਂਟ ਤੁਸੀਂ ਯਾਦ ਰੱਖੋਗੇ ਕਿ ਜੋ ਸਪੀਡ ਹੈ ਤੁਣੀ ਦੀ ਗਤੀ ਹੈ ਉਹ ਠੋਸ ਦੇ ਵਿੱਚ ਸਭ ਤੋਂ ਜ਼ਿਆਦਾ ਹੋਏਗੀ ਤਰਲ ਚ ਘੱਟ ਹੋਏਗੀ ਤੇ ਗੈਸ ਚ ਸਭ ਤੋਂ ਘੱਟ ਤਾਂ ਸਟੂਡੈਂਟ ਡੀ ਆਪਸ਼ਨ ਬਾਰੇ ਗੱਲ ਕਰਦੇ ਆ ਖਲਾ ਕਲਾਸ ਸਪੇਸ ਕਹਿੰਦੇ ਹਨ ਪੁਲਾੜ ਕਹਿੰਦੇ ਇਸ ਨੂੰ ਸਟੂਡੈਂਟ ਤੋਂ ਨਹੀਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਵਾਸਤੇ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਮਾਧਿਅਮ ਦਾ ਕੀ ਮਤਲਬ ਹੈ ਸਟੂਡੈਂਟ ਮਾਧਿਅਮ ਕੁਝ ਵੀ ਹੋ ਸਕਦੀ ਹੈ ਹਵਾ ਵੀ ਇੱਕ ਮਾਧਿਅਮ ਹੈ ਪਾਣੀ ਮਾਧਿਅਮ ਹੈ ਕੋਈ ਵੀ ਠੋਸ ਇੱਕ ਮਾਧਿਅਮ ਹੈ ਪਰ ਜੇਕਰ ਸਟੂਡੈਂਟ ਸੇ ਖਲਾਅ ਦੀ ਗੱਲ ਕਰਦੇ ਆ ਤਾਂ ਖਲਾਅ ਦੇ ਵਿੱਚ ਕੁਝ ਵੀ ਨਹੀਂ ਹੈ ਨਾ ਉੱਥੇ ਹਵਾ ਹੈ ਨਾ ਪਾਣੀ ਹੈ ਇਸ ਕਰਕੇ ਤੁਣੀ ਖਲਾਅ ਦੇ ਵਿੱਚ ਮੂਵ ਨਹੀਂ ਕਰ ਸਕਦੀ ਕਿ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਜਾ ਸਕਦੀ ਸੋ ਤੁਣੀ ਦੀ ਗਤੀ ਹੈ ਜਿਹੜੀ ਖਲਾਅ ਦੇ ਵਿੱਚ ਉਹ ਜ਼ੀਰੋ ਹੋਵੇਗੀ ਸੋ ਇਸ ਨੂੰ ਤੁਸੀਂ ਸਟੂਡੈਂਟ ਯਾਦ ਰੱਖੋਗੇ ਸਟੂਡੈਂਟ ਇੱਥੇ ਤੁਸੀਂ ਇਹ ਵੀ ਯਾਦ ਰੱਖੋਗੇ ਕਿ ਮੂਨ ਤੇ ਜਾ ਕੇ ਕੋਈ ਵੀ ਵਿਅਕਤੀ ਕੋਈ ਵੀ ਦੋ ਵਿਅਕਤੀ ਇੱਕ ਦੂਜੇ ਦੀ ਗੱਲ ਨੂੰ ਨਹੀਂ ਸੁਣ ਸਕਦੇ ਮੂਨ ਦੇ ਉੱਪਰ ਕਿਉਂ ਕਿਉਂਕਿ ਸਟੂਡੈਂਟ ਚੰਦ ਦੇ ਉੱਪਰ ਕੋਈ ਵੀ ਮਾਧਿਅਮ ਨਹੀਂ ਹੈ ਕਲੀਅਰ ਸਟੂਡੈਂਟ ਸੋ ਸਟੂਡੈਂਟ ਇਸ ਦਾ ਅਨਸਰ ਬਣੇਗਾ ਆਪਸ਼ਨ A ਥੋਸ ਨੈਕਸਟ ਕੁਐਸਚਨ ਤੁਣੀ ਦੀ ਗਤੀ ਤੇ ਤਾਪਮਨ ਵਧਣ ਨਾਲ ਕੀ ਫਰਕ ਪੈਂਦਾ ਹੈ ਸਟੂਡੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਤੁਣੀ ਦੀ ਗਤੀ ਹੈ ਜਿਹੜੀ ਉਹ ਤਾਪਮਨ ਵਧਣ ਦੇ ਨਾਲ ਸਟੂਡੈਂਟ ਵਧ ਜਾਂਦੀ ਹੈ ਕਲੀਅਰ ਸਟੂਡੈਂਟ ਤੁਸੀਂ ਯਾਦ ਰੱਖੋਗੇ ਸਟੂਡੈਂਟ ਕਿ 1 ਡਿਗਰੀ ਸੈਲਸੀਅਸ ਤਾਪਮਨ ਵਧਾਉਣ ਦੇ ਨਾਲ ਜੋ ਤੁਣੀ ਦੀ ਗਤੀ ਹੈ ਸਟੂਡੈਂਟ ਉਹ 0.61 ਮੀਟਰ ਪਰ ਸੈਕਿੰਡ ਵਧ ਜਾਂਦੀ ਹੈ क्लीयर स्टूडेंट चलते हैं स्टूडेंट नेक्स्ट क्वेश्चन उपर गूंज तद ही होगी जो तुनी सोमे और धुनी परावर्तक विचकार घट्टो तो घट दूरी स्टूडेंट गूंज की होंगी है स्टूडेंट तुम्हें तो पता है कि एक खाली कमरा बहुत ज़्यादा गूंजता है गूंज का मतलब है स्टूडेंट इस इंग्लिश एको कहा जाता है इसनों स्टूडेंट एको ई सी एच ओ एको कहा जाता है ਤਾਂ ਸਟੂਡੈਂਟ ਗੂੰਜ ਪੈਦਾ ਕਰਨ ਵਾਸਤੇ ਜੋ ਘੱਟੋ ਘੱਟ ਦੂਰੀ ਹੈ ਸਟੂਡੈਂਟ ਉਹ 17.2 ਮੀਟਰ ਚਾਹੀਦੀ ਹੈ ਕਿਸ ਦੇ ਵਿਚਕਾਰ ਸਟੂਡੈਂਟ ਧੁਨੀ ਦਾ ਸੋਮਾ ਜਿੱਥੋਂ ਧੁਨੀ ਪੈਦਾ ਹੋ ਰਹੀ ਹੈ ਤੇ ਪ੍ਰਵਰਤਕ ਜਿਸ ਦੇ ਨਾਲ ਇਸ ਧੁਨੀ ਨੇ ਜਾ ਕੇ ਟਕਰਾਉਣਾ ਹੈ ਕਿਉਂਕਿ ਸਟੂਡੈਂਟ ਜਦੋਂ ਇਹ ਧੁਨੀ ਕਿਸੇ ਵਸਤੂ ਦੇ ਨਾਲ ਟਕਰਾ ਕੇ ਵਾਪਸ ਆਉਂਦੀ ਹੈ ਤਾਂ ਹੀ ਗੂੰਜ ਪੈਦਾ होगी होना जरूरी है, दो दो डिस्टेंस हो ता जो है सुनाई नहीं देगी चलते दे स्टूडेंट नैक्स क्वेश्चन के उपर किसी गायक की आवाज की पहचान की जा सकती है स्टूडेंट देखो ओबी यही गल होंगी जो कोई सोंग चलता है तो सानू उस ਸਿੰਗਰ ਨੂੰ ਦੇਖੇ ਬਿਨਾ ਹੀ ਅਸੀਂ ਉਸ ਦੀ ਆਵਾਜ਼ ਤੋਂ ਪਛਾਣ ਲੈਂਦੇ ਹਾਂ ਤਾਂ ਸਟੂਡੈਂਟ ਕਿਹੜੀ ਚੀਜ਼ ਹੈ ਜਿਸ ਦੇ ਨਾਲ ਅਸੀਂ ਗਾਇਕੀ ਆਵਾਜ਼ ਨੂੰ ਪਛਾਣਦੇ ਹਾਂ ਤਾਂ ਸਟੂਡੈਂਟ ਇਸ ਦਾ ਆਨਸਰ ਆਏਗਾ ਗੁਣ ਬਤਾ ਜਿਸ ਨੂੰ ਅਸੀਂ ਕਹਿੰਦੇ ਹਾਂ ਕੁਆਲਿਟੀ ਤਾਂ ਸਟੂਡੈਂਟ ਕੁਆਲਿਟੀ ਦੇ ਨਾਲ ਸਾਊਂਡ ਦਾ ਇੱਕ ਇਹੋ ਫੈਕਟਰ ਹੈ ਕੁਆਲਿਟੀ ਜਿਸ ਦੇ ਨਾਲ ਅਸੀਂ ਪਛਾਣ ਲੈਂਦੇ ਹਾਂ ਕਿ ਇਹ ਜਿਹੜੀ ਸਾਊਂਡ ਹੈ ਇਹ ਕਿਸ ਸਿੰਗਰ ਦੀ ਹੈ ਚੱਲਦੇ ਹਾਂ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ ਆਵਰਤੀ ਦੀ इकाई की है स्टूडेंट बहुत बार तुम सुने आवर्ती एक है जो वो है हार्डस हार्ड न इस तरह रिप्रजेंट किया जाता स्टूडेंट इस चलते नैक्स क्वेश्चन उपर गूंज इस करके पैदा होंगी है स्टूडेंट गूंज क्यों पैदा होंगी है स्टूडेंट हम ही क्वेश्चन आपने किया गूंज पैदा होगी वह तिरंगा के परावरतन के कारण पैदा होंगी है ओप्शन बनेगा ए तो स्टूडेंट तुम देखते हो कि मान लो इस ਸੋਰਸ ਤੋਂ ਸਾਊਂਡ ਜਿਹੜੀ ਉਹ ਪ੍ਰੋਡਿਊਸ ਹੋ ਰਹੀ ਆ ਤੇ ਸਟੂਡੈਂਟ ਇਹ ਸਾਊਂਡ ਜਿਹੜੀ ਜੇਕਰ ਇਸ ਵਾਲ ਦੇ ਨਾਲ ਮੇਰੇ ਲਈ ਕੋਈ ਇਹ ਦੀਵਾਰ ਆ ਗਈ ਇਸ ਦੀਵਾਰ ਦੇ ਨਾਲ ਟਕਰਾ ਕੇ ਵਾਪਸ ਆਏਗੀ ਤਾਂ ਸਟੂਡੈਂਟ ਇਸ ਨੂੰ ਪ੍ਰਵਰਤਨ ਕਹਿੰਦੇ ਆ ਤੁਹਾਨੂੰ ਪਤਾ ਹੈ ਸਟੂਡੈਂਟ ਪ੍ਰਵਰਤਨ ਤੁਸੀਂ ਪੜਿਆ ਹੋਏਗਾ ਕਿ ਜਦੋਂ ਕੋਈ ਵਸਤੂ ਜਦੋਂ ਸਾਊਂਡ ਜਾਂ ਪ੍ਰਕਾਸ਼ ਟਕਰਾ ਕੇ ਸੇਮ ਮਾਇਰ మీడియం ਦੇ ਵਿੱਚ ਚਲੇ ਜਾਂਦਾ ਤਾਂ ਇਸ ਨੂੰ ਪ੍ਰਵਰਤਨ ਕਹਿੰਦੇ ਆ ਤਾਂ ਸਾਊਂਡ ਦੇ ਕੇਸ 'ਚ ਵੀ ਇਹੀ ਹੁੰਦਾਗਾ ਕਿ ਜਿਹੜੀ ਸਾਊਂਡ ਹੈ ਉਹ ਜਦੋਂ ਟਕਰਾ ਕੇ ਵਾਪਸ ਉਸੇ మీడియం 'ਚ ਚਲੀ ਜਾਂਦੀ ਹੈ ਤਾਂ ਉਸ ਦੇ ਨਾਲ ਸਟੂਡੈਂਟ ਜੋ ਗੂੰਜ ਹੈ ਉਹ ਪੈਦਾ ਹੁੰਦੀ ਹੈ ਤਾਂ ਸਟੂਡੈਂਟ ਇਸ ਤਰ੍ਹਾਂ ਸẽ ਬਣੇਗਾ ਆਪਸ਼ਨ A ਚੱਲਦੇ ਹਾਂ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ ਤੁਨ ਨੂੰ ਉਸ ਸਮੇਂ ਸ਼ੋਰ ਸ਼ਰਾਬਾ ਮੰਨਿਆ जानता है जो तो इसका पदर डैश तो उपर होगा तो स्टूडेंट याद रखना है कि एटीडेंसीबल एबल जो साउंड तो एटीडेंसीबल तो उपर होएगी तो उसू शोर कैटागरी के केडर किया जाएगा क्लीयर स्टूडेंट स्टूडेंट जेकर भीडियो चंकी लग रही है प्लीज तो साँगी साँगी रही है प्लीज इस चैनल सबसक्राइब जरूर करो स्टूडेंट इस चैनल उपर तूंस ਮੈਥ ਐਸਐਸਟੀ ਨਾਗਰਿਕ ਸ਼ਾਸਤਰ ਦੀਆਂ ਬਹੁਤ ਵੀਡੀਓਜ਼ ਦੇਖਣ ਨੂੰ ਮਿਲਣਗੀਆਂ ਸੋ ਪਲੀਜ਼ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਉਹਨਾਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖੋ ਨੈਕਸਟ ਕੁਐਸਚਨ ਸ਼ੋਰ ਦੇ ਕਾਰਨ ਸਰਵਨ ਸ਼ਕਤੀ ਵਿੱਚ ਕਮੀ ਨੂੰ ਕਿਹਾ ਜਾਂਦਾ ਹੈ ਸਟੂਡੈਂਟ ਜਿਆਦਾ ਸ਼ੋਰ ਦੇ ਕਾਰਨ ਤੁਹਾਨੂੰ ਪਤਾ ਹੈ ਕਿ ਸੁਣਨ ਸ਼ਕਤੀ ਦੇ ਵਿੱਚ ਕਮੀ ਹੋ ਜਾਂਦੀ ਹੈ ਤਾਂ ਸਟੂਡੈਂਟ ਜੇਕਰ ਸੁਣਨ ਸ਼ਕਤੀ ਵਿੱਚ ਕਮੀ ਸ਼ੋਰ ਦੇ ਕਾਰਨ ਹੋਈ ਹੈ ਤਾਂ ਉਸ ਨੂੰ ਬੋਲਿਆ ਜਾਂਦਾ ਹੈ ਸਟੂਡੈਂਟ ਸਾਈਕੋਕੋਸਿਸ অপশন এ ਤੁਹਾਡਾ ਅਨਸਰ ਆਏਗਾ। ਕਲੀਅਰ ਸਟੂਡੈਂਟ ਚਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ ਜੇਕਰ ਪਾਣੀ ਦੀਆਂ ਤਰੰਗਾਂ ਦੀ ਤੰਗ ਲੰਬਾਈ 2 ਸੈਂਟੀਮੀਟਰ ਅਤੇ ਅਵਰਤੀ 8 ਹਰਟਜ਼ ਹੋਵੇ ਤਾਂ ਚਾਲ ਹੋਵੇਗੀ। ਦੇਖੋ ਸਟੂਡੈਂਟ ਤਰੰਗ ਲੰਬਾਈ ਨੂੰ ਅਸੀਂ ਲੈਂਡਾ ਦੇ ਨਾਲ ਮੈਜ਼ਰ ਕਰਦੇ ਹਾਂ ਤੇ ਸਟੂਡੈਂਟ ਜੋ ਅਵਰਤੀ ਹੈ ਇਸ ਨੂੰ ਅਸੀਂ ਐਨ ਦੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਹੈ। तो स्टूडेंट जेकर चाल पता करनी है जिसमें बिलोस्टी कह सकते हैं तो स्टूडेंट इसका फार्मूला होएगा आवर्ती इंटू तरंग लंबाई तो स्टूडेंट तुम्हें की करना है आवर्ती साढ़े लगे एट हार्ड है तो स्टूडेंट जो तरंग लंबाई है वह टू सेंटीमीटर तो स्टूडेंट जो आंसर आएगा वो आएगा तो लगे सिक्सटीन सेंटीमीटर पर सैकेंड तो स्टूडेंट जो सा आंसर बनेगा ऑप्शन सी बनेगा ਚਲਦੇ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ ਕਿਹੜੀ ਵਿਸ਼ੇਸ਼ਤਾ ਹੈ ਜਿਹੜੀ ਤੇਜ਼ ਧੁਨੀ ਨੂੰ ਮੱਧ ਧੁਨੀ ਤੋਂ ਵੱਖ ਕਰਦੀ ਹੈ ਤਾਂ ਸਟੂਡੈਂਟ ਧੁਨੀ ਦੀ ਵਿਸ਼ੇਸ਼ਤਾ ਹੈ ਪਿਚ ਪਿਚ ਧੁਨੀ ਦਾ ਇੱਕ ਇਹੋ ਜਿਹਾ ਫੈਕਟਰ ਹੈ ਸਟੂਡੈਂਟ ਜਿਹੜੀ ਕਿ ਤੇਜ਼ ਧੁਨੀ ਨੂੰ ਭਾਰੀ ਧੁਨੀ ਤੋਂ ਜਾਂ ਮੱਧ ਧੁਨੀ ਤੋਂ ਵੱਖ ਕਰਦੀ ਹੈ ਪਲੀਜ਼ ਸਟੂਡੈਂਟ ਚਲਦੇ ਸਟੂਡੈਂਟ ਨੈਕਸਟ ਕੁਐਸਚਨ ਦੇ ਉੱਪਰ WHO ਅਨੁਸਾਰ ਕਿੰਨੇ ਡੈਸੀਬਲ ਦੀ ਧੁਨੀ ਮਨੁੱਖ ਦੀ ਸਿਹਤ ਲਈ ਠੀਕ ਦਸੀ ਗਈ ਹੈ ਤਾਂ ਸਟੂਡੈਂਟ ਇਸ ਦਾ ਆਨਸਰ ਆਏਗਾ 45 ਡੈਸੀਬਲ 45 ਡੈਸੀਮਲ ਤੱਕ ਦੀ ਸਾਊਂਡ ਹੈ ਜਿਹੜੀ ਉਹ ਮਨੁੱਖ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਉਂਦੀ ਸੋ WHO ਦੇ ਅਕੋਰਡਿੰਗ 45 ਡੈਸੀਮਲ ਦਿੱਤੀ ਨਹੀਂ ਹੈ ਜੋ ਸੈਤਲੀ ਠੀਕ ਮੰਨੀ ਗਈ ਹੈ ਨੈਕਸਟ ਕੁਸਚਨ ਧੁਨੀ ਦੀ ਗਤੀ ਹੇਠ ਲਿਖਿਆਂ ਵਿੱਚੋਂ ਕਿਸ ਤੇ ਨਿਰਪਰ ਨਹੀਂ ਕਰਦੀ ਤਾਂ ਸਟੂਡੈਂਟ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜੋ ਧੁਨੀ ਦੀ ਗਤੀ ਹੈ ਉਹ ਤਾਪਮਨ ਵਧਾਉਣ ਦੇ ਨਾਲ ਤੁਣੀ ਦੀ ਗਤੀ ਹੈ ਜਿਹੜੀ ਉਹ ਵੱਧ ਜਾਂਦੀ ਹੈ 1 ਡਿਗਰੀ ਸੈਲਸੀਅਸ ਤਾਪਮਨ ਵਧਾਉਣ ਦੇ ਨਾਲ ਜਿਹੜੀ ਗਤੀ ਹੈ ਉਹ 0.61 ਮੀਟਰ ਪਰ ਸੈਕਿੰਡ ਵੱਧ ਜਾਂਦੀ ਹੈ ਪਰ ਸਟੂਡੈਂਟ ਇੱਥੇ ਤੁਸੀਂ ਨਾਲ ਇਹ ਵੀ ਯਾਦ ਰੱਖੋਗੇ ਕਿ ਹਵਾ ਦੀ ਘਣਤਾ ਹਵਾ ਦੀ ਡੈਂਸਿਟੀ ਵਧਣ ਦੇ ਨਾਲ ਵੀ ਜਿਹੜੀ ਧੁਨੀ ਦੀ ਗਤੀ ਹੈ ਉਹ ਵੱਧ ਜਾਂਦੀ ਹੈ ਤਾਪਮਨ ਦੇ ਨਾਲ ਵੀ ਧੁਨੀ ਦੀ ਗਤੀ ਵੱਧ ਜਾਂਦੀ ਹੈ ਤੇ ਨਮੀ ਦੇ ਵਧਣ ਦੇ ਨਾਲ ਧੁਨੀ ਦੀ ਗਤੀ ਵੱਧ ਜਾਂਦੀ ਹੈ ਤਾਂ ਸਟੂਡੈਂਟ ਤੁਸੀਂ ਦੇਖੋਗੇ ਕਿ ਸਿਰਫ ਦਬਾਅ ਇੱਕ ਇਹੋ ਜੀ ਆਪਸ਼ਨ ਹੈ ਜਿਸ ਦੇ ਉੱਪਰ ਧੁਨੀ ਦੀ ਗਤੀ ਨਿਰਭਰ ਨਹੀਂ ਕਰਦੀ ਤਾਂ ਕਰਕੇ ਸਟੂਡੈਂਟ ਇਸ ਦਾ ਅਨਸਰ ਆਏਗਾ ਪ੍ਰੈਸ਼ਰ ਦਬਾਅ ਦਾ ਧੁਨੀ ਦੀ ਗਤੀ ਦੇ ਉੱਪਰ ਕੋਈ ਵੀ ਅਸਰ ਨਹੀਂ ਪੈਂਦਾ ਜਦੋਂ ਕਿ ਬਾਕੀ ਦੇ ਜੋ ਤਿੰਨ ਫੈਕਟਰ ਨੇ ਤਿੰਨ ਆਪਸ਼ਨਾਂ ਨੇ ਇਹ ਧੁਨੀ ਦੀ ਗਤੀ ਨੂੰ ਘਟਾ ਜਾਂ ਵਧਾ ਸਕਦੇ ਨੇ ਸੋ ਸਟੂਡੈਂਟ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਤਾਂ ਸਟੂਡੈਂਟ ਪਲੀਜ਼ ਇਸ ਵੀਡੀਓ ਨੂੰ ਬਤੁਆ ਸ਼ੇਅਰ ਕਰੋ ਤੇ ਜੇਕਰ ਜੋ ਵੀਡੀਓਜ਼ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਹੀਆਂ ਨੇ ਉਹਨਾਂ ਵੀਡੀਓਜ਼ ਨੂੰ ਵੀ ਇੱਕ ਵਾਰ ਤੁਸੀਂ ਜ਼ਰੂਰ ਦੇਖੋ ਧੰਨਵਾਦ ਸਟੂਡੈਂਟ